ਅਸ਼ਿਕਾਲ ਮੈਂ ਅਜ ਸਿਕੋਰ ਤੁਸੀਂ ਦੇਖ ਰਹੇ ਹੋ ਸਾਡੇ ਐਲ ਟੀ ਵੀ ਡੋਨੇਡਨ ਕਾਊਂਟਡਾਊਨ ਦੇ ਵਿੱਚ ਚੂਹਿਆਂ ਦਾ ਕਹਿਰ ਲਗਾਤਾਰ ਜਾਰੀ ਹੈ ਜੀ ਹਾਂ ਬੀਤੇ ਹਫਤੇ ਡੋਨੇਡਨ ਦੇ ਸਾਊਥ ਦੇ ਕਾਊਂਟਡਾਊਨ ਦੇ ਵਿੱਚੋਂ ਚੂਹਿਆਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਇਸ ਦੀ ਸ਼ਾਨਬੀਨ ਸ਼ੁਰੂ ਕੀਤੀ ਗਈ ਇਸ ਕਾਂਡਨ ਨੂੰ ਬੀਤੇ ਹਫਤੇ ਕੁਝ ਕੰਟਾਂ ਦੇ ਲਈ ਬੰਦ ਕੀਤਾ ਗਿਆ ਸੀ ਪਰ ਇਹ ਕੁਝ ਦਿਨਾਂ ਦੇ ਵਿੱਚ ਬਦਲ ਗਿਆ ਤੇ ਬੀਤੇ ਵੀਕਐਂਡ ਤੇ ਵੀ ਇਹ ਕਾਊਂਟਡਾਊਨ ਬੰਦੀ ਰਿਹਾ ਤੇ ਅਜੇ ਤੱਕ ਬੰਦ ਹੈ ਵੀਕਐਂਡ ਦੇ ਉੱਤੇ ਇਸ ਕਾਊਂਟਡਾਊਨ ਦੇ ਵਿੱਚ ਚਾਨਬੀਨ ਕੀਤੀ ਗਈ ਤੇ ਇਸ ਇਸ ਦੇ ਵਿੱਚ 13 ਹੋਰ ਚੂਹੇ ਪਾਏ ਗਏ ਨੇ ਹੂਲਵਰਥ ਦੇ ਬੁਲਾਵਟ ਮੁਤਾਬਕ ਇਸ ਕਾਂਦਾਂ ਦੇ ਵਿੱਚ ਬੀਤੇ ਹਫਤੇ ਵੀਕਐਂਡ ਦੇ ਉੱਤੇ ਪੈਸਟ ਮੈਨੇਜਮੈਂਟ ਦੇ ਵੱਲੋਂ ਕੰਮ ਕੀਤਾ ਗਿਆ ਤੇ ਚੂਹਿਆਂ ਦੀ ਸਫਾਈ ਕੀਤਾ ਜਾ ਰਿਹਾ ਹੈ ਕਾਊਂਟਡਾਊਨ ਥੇ ਮਿਨਿਸਟਰ ਆਫ ਪ੍ਰਾਇਮਰੀ ਇੰਡਸਟਰੀ ਦੇ ਮੁਤਾਬਕ ਇਸ ਮੁੱਦੇ ਨੂੰ ਗੰਭੀਰ ਮੁੱਦਾ ਲੈ ਕੇ ਚੱਲਿਆ ਜਾ ਰਿਹਾ ਹੈ ਤੇ ਇਸ ਦੇ ਉੱਤੇ ਗੌਰ ਨਾਲ ਕੰਮ ਕੀਤਾ ਜਾ ਰਿਹਾ ਹੈ ਉਧਰ ਇਸੇ ਦੇ ਨਾਲ ਕ੍ਰਾਚਰਸ ਦੇ ਈਸਟ ਗੇਟ ਦੇ ਕਾਊਂਟਡਾਊਨ ਦੇ ਡੈਲੀ ਸੈਲਡ ਸੈਕਸ਼ਨ ਦੇ ਵਿੱਚ 20 ਬੀਤੇ ਖੁਰਦਨ ਪਹਿਲਾਂ ਇੱਕ ਚੂਹੇ ਦੇ ਘੁੰਮਦੇ ਹੋਏ ਦੀ ਵੀਡੀਓ ਵਾਇਰਲ ਹੋਈ ਹੈ ਇਹ ਵੀਡੀਓ ਇੱਕ ਆ ਯਾਤਰੀ ਨੇ ਬਣਾਈ ਜਿਸ ਤੋਂ ਬਾਅਦ ਇਹ ਕਾਫੀ ਵਾਇਰਲ ਹੋਈ ਤੇ ਇਸ ਦੀ ਵੀ ਜਾਂਚ ਫਿਲਹਾਲ جاری ਹੈ